ਸਾਰਿਆਂ ਨੂੰ ਮੇਰੇ ਵੱਲੋਂ ਜੈਂਟ ਸੀ ਮੈਂ ਆਪਣੀ ਗਵਾਹੀ ਇਹ ਦਿੰਦੀ ਹਾਂ ਕਿ ਕਾਕੇ ਨੂੰ ਫੋਨ ਕਰਿਓ ਮੈਂ ਜਦੋਂ ਵੀ ਯਾਨੀ ਕਿ ਪ੍ਰਾਰਥਨਾ ਕਰਾਉਂਦੀ ਸੀ ਇਹਨਾਂ ਦੇ ਕੋਲੋਂ ਫੋਨ ਤੇ ਕਰਾਉਂਦੀ ਹੁੰਦੀ ਸੀਗੀ ਫਿਰ ਮੈਂ 4 ਤਰੀਕ ਨੂੰ ਵੀਰਵਾਰ ਵਾਲੇ ਦਿਨ ਮੈਂ ਪਹਿਲੇ ਦਿਨ ਇੱਥੇ ਆਈ ਮੈਂ ਇੰਨਾ ਕੁ ਪਹਿਲੇ ਤਾਂ ਮੈਂ ਇੱਕ ਵਾਰੀ ਇਹਨਾਂ ਦੀ ਯੂਟਿਊਬ ਦੇ ਵਿੱਚ ਵੀਡੀਓ ਦੇਖੀ ਮੇਰਾ ਯਾਨੀ ਕਿ 3-4 ਮਹੀਨਿਆਂ ਤੋਂ ਮੇਰਾ ਗਲਾ ਬਹੁਤ ਜ਼ਿਆਦਾ ਖਰਾਬ ਸੀਗਾ ਕਿ ਜਿਹੜਾ ਠੀਕ ਹੀ ਨਹੀਂ ਹੋ ਰਿਹਾ ਸੀਗਾ ਮੈਂ ਇੰਨੀਆਂ ਦਵਾਈਆਂ ਖਾ ਕੇ ਯਾਨੀ ਕਿ ਅੱਕ ਗਈ ਸੀਗੀ ਕਿ ਮੈਨੂੰ ਪਤਾ ਨਹੀਂ ਲੱਗਦਾ ਪਿਆ ਸੀ ਅਤੇ ਮੈਂ ਕਰਾਂ ਤੇ ਕਰਾਂਗੀ ਫਿਰ ਮੈਂ ਜਦ ਨਾ ਇਹਨਾਂ ਦੀ ਯੂਟਿਊਬ ਦੇ ਵਿੱਚ ਮੈਂ ਵੀਡੀਓ ਦੇਖਦੀ ਪਈ ਸੀ ਅਤੇ ਇਹ ਪਾਸਟਰ ਜੀ ਬਲੈਸਿੰਗ ਕਰਦੇ ਪਏ ਸੀਗੇ ਕਹਿੰਦੇ ਕਿ ਜਿਹਨਾਂ ਦਾ ਯਾਨੀ ਕਿ ਸਿਰ ਦੁੱਖਦਾ ਪਿਆ ਆ ਕਿਸੇ ਦੇ ਪੇਟ ਵਿੱਚ ਯਾਨੀ ਕਿ ਕਿਸੇ ਨੂੰ ਕੋਈ ਹਰੇਕ ਤਰ੍ਹਾਂ ਦੀ ਯਾਨੀ ਕਿ ਇਹਨਾਂ ਨੇ ਬਿਮਾਰੀ ਦਾ ਨਾਮ ਲੈ ਤਾ ਅਤੇ ਮੈਂ ਉੱਥੇ ਕੰਮ 'ਤੇ ਆਪਣੇ ਬੈਠੀ ਬੈਠੀ ਮੈਂ ਨਾਲੇ ਉੱਥੇ ਰੋ ਰਹੀ ਸੀਗੀ ਅਤੇ ਨਾਲੇ ਮੈਂ ਉੱਥੇ ਇਹਨਾਂ ਦੀ ਵੀਡੀਓ ਦੇਖ ਰਹੀ ਸੀ ਮੈਂ ਕਿਹਾ ਜੇ ਇਹਨਾਂ ਨੇ ਇੰਨੀਆਂ ਬਿਮਾਰੀਆਂ ਗਿਣਾ ਦਿੱਤੀਆਂ ਹੈ ਤਾਂ ਮੇਰਾ ਗਲਾ ਕਿਉਂ ਨਹੀਂ ਠੀਕ ਹੋ ਸਕਦਾ ਅਤੇ ਉਸੇ ਵੇਲੇ ਮੈਂ ਉੱਥੇ ਬੈਠੀ ਬੈਠੀ ਨੇ ਨਾਲੇ ਮੈਂ ਇੰਨਾ ਰੋ ਰਹੀ ਹਾਂ ਅਤੇ ਮੈਂ ਨਾਲੇ ਉੱਥੇ ਆਪਣੇ ਗਲੇ ਦੇ ਉੱਤੇ ਹੱਥ ਰੱਖ ਕੇ ਕਿਹਾ ਮੈਂ ਕਿਹਾ ਪਰਮੇਸ਼ਰ ਮੈਨੂੰ ਵੀ ਠੀਕ ਕਰ ਦੇ ਮੈਂ ਕਿਹਾ ਮੈਂ 3-4 ਮਹੀਨਿਆਂ ਤੋਂ ਇੰਨੀ ਕੁ ਤੰਗ ਗਿਆ ਨਾ ਬਸ ਮੇਰਾ ਗਲਾ ਠੀਕ ਕਰ ਦੇ ਉਸੇ ਵੇਲੇ ਜਦ ਮੈਂ ਯਾਨੀ ਕਿ ਇਹਨਾਂ ਦੀ ਪ੍ਰਾਰਥਨਾ ਹੋ ਗਈ ਹੈਗੀ ਅਤੇ ਮੈਂ ਜਦ ਦੇਖਿਆ ਮੇਰੇ ਗਲਾ ਇੱਕਦਮ ਹੀ ਠੀਕ ਹੋ ਗਿਆ ਜ਼ਿੰਦਗੀ ਬਦਲ ਜਾਊਗੀ ਕਿ ਮੈਂ ਸਾਰੀ ਠੀਕ ਹੋ ਜਾਊਗੀ ਮੈਨੂੰ ਨਹੀਂ ਪਤਾ ਸੀ ਮੈਨੂੰ ਕੀ ਪ੍ਰੋਬਲਮ ਹੈ ਅੰਦਰ ਪਰ ਮੇਰਾ ਇੱਥੇ ਚਰਚ ਵਿੱਚ ਆਉਣ ਨੂੰ ਯਾਨੀ ਕਿ ਬਹੁਤ ਮਨ ਕਾਲਾ ਪੈਂਦਾ ਸੀਗਾ ਜਦੋਂ ਮੈਂ ਇੱਥੇ ਫਿਰ ਮੈਨੂੰ ਛੁੱਟੀ ਨਹੀਂ ਮਿਲਦੀ ਪਈ ਸੀ ਮੈਂ ਪਾਸਟਰ ਜੀ ਕੋਲ ਪ੍ਰਾਰਥਨਾ ਕਰਦੀ ਸੀ ਮੈਂ ਕਿਹਾ ਪਾਸਟਰ ਜੀ ਮੈਨੂੰ ਛੁੱਟੀ ਨਹੀਂ ਮਿਲਦੀ ਹੈਗੀ ਫਿਰ ਇਹਨਾਂ ਨੇ ਪ੍ਰਾਰਥਨਾ ਕੀਤੀ ਅਤੇ ਮੈਂ ਸਾਡੇ ਸਰ ਨੇ ਸਾਨੂੰ ਛੁੱਟੀ ਵੀ ਦੇ ਦਿੱਤੀ ਕਹਿੰਦੇ ਹਰ ਪਹਿਲਾਂ ਕਹਿੰਦੇ ਕਿ ਤੁਹਾਨੂੰ ਛੁੱਟੀ ਮਿਲ ਨਹੀਂ ਸਕਦੀ ਜਦੋਂ ਮੈਂ ਇਹਨਾਂ ਦੇ ਕੋਲੋਂ ਪ੍ਰਾਰਥਨਾ ਕਰਵਾਈ ਅਤੇ ਫਿਰ ਮੈਨੂੰ 1/2 ਘੰਟੇ ਬਾਅਦ ਹੀ ਕਹਿੰਦੇ ਆ ਕਿ ਹਰਪ੍ਰੀਤ ਦੱਸ ਤੈਨੂੰ ਵੀਰਵਾਰ ਦੀ ਛੁੱਟੀ ਚਾਹੀਦੀ ਹੈ ਕਿ ਤੈਨੂੰ ਐਤਵਾਰ ਦੀ ਛੁੱਟੀ ਚਾਹੀਦੀ ਆ ਮੈਂ ਪਰਮੇਸ਼ਰ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਮੇਰੀ ਛੁੱਟੀ ਵੀ ਯਾਨੀ ਕਿ ਉਹਨਾਂ ਨੇ ਹਰ ਸੰਡੇ ਦੀ ਆਪਣੇ ਆਪ ਹੀ ਮੈਨੂੰ ਬਗੈਰ ਕਹੇ ਪਹਿਲੀ ਵਾਰ ਇੱਥੇ ਆਈ ਉਦੋਂ ਇੱਥੇ ਵੀ ਸਿਰਫ 4 ਸਿਸਟਰ ਸੀ ਅਤੇ ਪਾਸਟਰ ਜੀ ਸੀਗੇ ਯਾਨੀ ਕਿ ਮੈਂ ਪਹਿਲੀ ਵਾਰ ਆਈ ਸੀਗੀ ਮੈਨੂੰ ਨਹੀਂ ਪਤਾ ਕਿ ਚਰਚ ਦੇ ਵਿੱਚ ਕੀ ਹੁੰਦਾ ਆ ਇੱਦਾਂ ਹੀ ਪ੍ਰਾਰਥਨਾ ਸ਼ੁਰੂ ਹੋ ਗਈ ਸੀਗੀ ਪਹਿਲੀ ਵਾਰ ਤਾਂ ਸਾਨੂੰ ਰਸਤੇ ਵਿੱਚ ਅਸੀਂ ਭਟਕ ਗਏ 3-4 ਵਾਰੀ ਸਾਨੂੰ ਰਸਤਾ ਨਹੀਂ ਮਿਲ ਰਿਹਾ ਸੀਗਾ ਇੱਥੇ ਆਉਣ ਦਾ ਮੇਰੇ ਹਸਬੈਂਡ ਵੀ ਯਾਨੀ ਕਿ ਇੰਨਾ ਕੁ ਕਹਿੰਦੇ ਸੀਗੇ ਕਿ ਮੈਂ ਵੀ ਤੈਨੂੰ ਲੈ ਕੇ ਜਾਣਾ ਜੇ ਹੁਣ ਨਹੀਂ ਰਸਤਾ ਮਿਲਿਆ ਮੈਂ ਪਰਮੇਸ਼ਵਰ ਅੱਗੇ ਇਹੀ ਪ੍ਰਾਰਥਨਾ ਕਰਦੀ ਹੁੰਦੀ ਕਿ ਪਰਮੇਸ਼ਵਰ ਸਾਨੂੰ ਰਸਤਾ ਮਿਲ ਜਾਵੇ ਅਤੇ ਅਸੀਂ ਜਲਦੀ ਤੋਂ ਜਲਦੀ ਚਰਚ ਵਿੱਚ ਪਹੁੰਚ ਜਾਈਏ ਜਦੋਂ ਅਸੀਂ ਇੱਥੇ ਆਏ ਤਾਂ ਇਹਨਾਂ ਦੀ ਪ੍ਰਾਰਥਨਾ ਚੱਲਦੀ ਪਈ ਸੀ ਅਸੀਂ ਵੀ ਇੱਦਾਂ ਹੀ ਆ ਕੇ ਬੈਠ ਗਏ ਜਦੋਂ ਅਸੀਂ ਇੱਥੇ ਆ ਕੇ ਬੈਠੇ ਤੇ ਮੈਨੂੰ ਪਤਾ ਨਹੀਂ ਸੀਗਾ ਕਿ ਮੈਨੂੰ ਕੀ ਹੋ ਰਿਹਾ ਹੈ ਯਾਨੀ ਕਿ ਮੇਰੇ ਇੱਕਦਮ ਇਹਦੇ ਹੱਥ ਜੋੜ ਗਏ ਅਤੇ ਮੇਰੀ ਜਵਾਨ ਜਿਹੜੀ ਸੀ ਬੰਦ ਹੀ ਹੋ ਗਈ ਸੀਗੀ ਅਤੇ ਫਿਰ ਜਦੋਂ ਇਹ ਪ੍ਰਾਰਥਨਾ ਕਰਕੇ ਪਾਸਟਰ ਜੀ ਹੱਟ ਗਏ ਅਤੇ ਫਿਰ ਮੈਂ ਇਹਨਾਂ ਨੂੰ ਆਪਣੀ ਪ੍ਰੋਬਲਮ ਦੱਸੀ ਕਿ ਪਾਸਟਰ ਜੀ ਮੈਨੂੰ ਇੱਦਾਂ ਹੋ ਰਿਹਾ ਹੈ ਫਿਰ ਇਹਨਾਂ ਨੇ ਕਿ ਸਾਰੇ ਸਿਸਟਰਾਂ ਨੂੰ ਕਿਹਾ ਕਿ ਚਲੋ ਆਪਾਂ ਇਹਨਾਂ ਦੇ ਲਈ ਪ੍ਰਾਰਥਨਾ ਕਰਦੇ ਹਾਂ ਕਿ ਮੈਂ ਜਦ ਇੰਨੇ ਕੁ ਵਿਸ਼ਵਾਸ ਦੇ ਨਾਲ ਇੱਥੇ ਆਈ ਸੀਗੀ ਮੈਨੂੰ ਇਹ ਸੀਗਾ ਕਿ ਮੈਂ ਇੱਥੋਂ ਠੀਕ ਹੋ ਕੇ ਹੀ ਜਾਣਾ ਹੈ ਪਰਮੇਸ਼ਰ ਜੋ ਮਰਜ਼ੀ ਹੋ ਜਾਵੇ ਜਦੋਂ ਮੈਂ ਇੱਥੇ ਪਹਿਲੇ ਦਿਨ 4 ਤਰੀਕ ਨੂੰ ਵੀਰਵਾਰ ਵਾਲੇ ਦਿਨ ਮੈਂ ਇੱਥੇ ਆਈ ਅਤੇ ਪਾਸਟਰ ਜੀ ਨੇ ਮੇਰੇ ਸਿਰ ਦੇ ਉੱਤੇ ਹੱਥ ਰੱਖ ਕੇ ਮੇਰੇ ਲਈ ਪ੍ਰਾਰਥਨਾ ਕੀਤੀ ਅਤੇ ਮੈਨੂੰ ਪਤਾ ਕਿ ਮੇਰੇ ਨਾਲ ਕੀ ਬੀਤੀ ਹੈ ਇੱਥੇ ਮੈਂ ਪਰਮੇਸ਼ਵਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਕਿ ਪਰਮੇਸ਼ਵਰ ਨੇ ਮੈਨੂੰ ਠੀਕ ਕਰ ਦਿੱਤਾ ਅਤੇ ਮੇਰੀ ਜ਼ਿੰਦਗੀ ਬਦਲ ਦਿੱਤੀ ਪਰਮੇਸ਼ਵਰ ਹਾਂਜੀ ਮੇਰੇ ਇੱਥੇ ਆ ਬੈਕ ਪੇਨ ਵਿੱਚ ਬਹੁਤ ਜ਼ਿਆਦਾ ਦਰਦ ਸੀਗੀ ਅਤੇ ਪਾਸਟਰ ਜੀ ਨੇ ਯਾਨੀ ਕਿ ਉਸ ਦਿਨ ਕਿਹਾ ਸੀਗਾ ਕਿ ਤੁਹਾਨੂੰ ਕੋਈ ਆਪਣੀ ਕੋਈ ਪਰਸਨਲ ਪ੍ਰੋਬਲਮ ਹੈਗੀ ਆ ਅਤੇ ਮੈਂ ਯਾਨੀ ਕਿ ਚੈੱਕ ਕੀਤਾ ਕਿ ਮੇਰੀ ਇੱਥੋਂ ਲੈ ਕੇ ਇੱਥੇ ਤੱਕ ਜਿਹੜੀ ਦਰਦ ਸੀਗੀ ਮੇਰੀ ਸਾਰੀ ਜਾ ਚੁੱਕੀ ਸੀਗੀ ਮੈਂ ਪਰਮੇਸ਼ਵਰ ਦਾ ਬਹੁਤ ਧੰਨਵਾਦ ਕਰਦੀ ਮੈਨੂੰ 18 ਸਾਲ ਹੋ ਗਏ ਸੀਗੇ ਜਦੋਂ ਮੇਰਾ ਬੇਟਾ ਹੋਇਆ ਸੀਗਾ ਉਹਦੇ ਤੋਂ ਮੈਂ ਯਾਨੀ ਕਿ ਡਿੱਗ ਗਈ ਸੀਗੀ ਡਿੱਗਣ ਕਰਕੇ ਮੇਰੀ ਇਹ ਜਿਹੜੀ ਬੈਕ ਦੀ ਇੱਥੇ ਪ੍ਰੋਬਲਮ ਸੀਗੀ ਇਹ ਠੀਕ ਨਹੀਂ ਹੋ ਰਹੀ ਸੀਗੀ ਜਿੱਦਣ ਮੈਂ ਪਹਿਲੇ ਦਿਨ ਆਈ ਚਰਚ ਵਿੱਚ ਉਦਣ ਮੇਰੀ ਇਹ ਪ੍ਰੋਬਲਮ ਯਾਨੀ ਕਿ ਮੇਰੀ ਜਿਹੜੀ
ਪੇਨ ਸੀਗੀ ਮੇਰੀ ਸਾਰੀ ਠੀਕ ਹੋ ਗਈ। ਹਾਲੇਲੂਯਾ।